27 ਸਾਲ ਦੀ ਏਕਤਾ ਦਾ ਬੜੇ ਬਹਿਰੇਮੀ ਦੇ ਨਾਲ ਇਸੇ ਘਰ ਦੇ ਫਸਟ ਫਲੋਰ ਦੇ ਵਿੱਚ ਚਾਕੂਆਂ ਦੇ ਨਾਲ ਉਹਦਾ ਗਲਾ ਰੇਤਾ ਗਿਆ ਸੀਗਾ। ਅਤੇ ਹੋਰ ਕਿਸੇ ਨੇ ਨਹੀਂ ਬਲਕਿ ਉਹਦੇ ਹੀ ਦੋਸਤ, ਪਿਛਲੇ 2-3 ਸਾਲਾਂ ਤੋਂ ਉਹਦਾ ਦੋਸਤ ਅਨਸ ਕੁਰੇਸ਼ੀ ਨਾਂ ਦਾ ਜਿਹੜਾ ਦੱਸਿਆ ਜਾ ਰਿਹਾ, ਉਹਨੇ ਇਸ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਔਰ ਘਰ ਦੇ ਅੰਦਰ ਵੜ ਕੇ, ਹਾਲਾਂਕਿ ਪਰਿਵਾਰਿਕ ਮੈਂਬਰ ਕਿਸੇ ਪ੍ਰੋਗਰਾਮ ਦੇ ਵਿੱਚ ਗਏ ਸੀਗੇ, ਔਰ ਘਰ ਦੇ ਅੰਦਰ ਵੜ ਕੇ ਰਾਤ ਨੂੰ ਉਸਦਾ ਮਰਡਰ ਕਰਕੇ ਉੱਥੋਂ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਹੈ ਕਿ ਉਸੀ ਦੀ ਗੱਡੀ ਦੀ, ਕੁੜੀ ਦੀ ਹੀ ਗੱਡੀ ਲੈ ਕੇ ਇੱਥੋਂ ਫਰਾਰ ਹੋਇਆ, ਔਰ ਅੱਗੇ ਜਾ ਕੇ ਸ਼ਾਹਬਾਦ ਸਾਈਡ ਉਹਦਾ ਐਕਸੀਡੈਂਟ ਹੋ ਗਿਆ। ਹਾਲਾਂਕਿ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ ਕਿ ਉਹ ਪਿਛਲੇ 2-3 ਸਾਲਾਂ ਤੋਂ ਜਿਹੜੀ ਏਕਤਾ ਮਲਟੀਨੈਸ਼ਨਲ ਕੰਪਨੀ ਜੋਬ ਕਰਦੀ ਸੀ ਔਰ ਉਹਦਾ ਦੋਸਤ ਸੀਗਾ, ਹਾਲਾਂਕਿ ਉਹਦਾ ਵੀ ਐਕਸੀਡੈਂਟ ਹੋਇਆ, ਉਹ ਵੀ ਕ੍ਰਿਟੀਕਲ ਕੰਡੀਸ਼ਨ 'ਚ ਪਿਆ। ਲੇਕਿਨ ਇਹ CCTV ਫੁਟੇਜ, ਹੋਰ ਵੀ ਕਈ ਚੀਜ਼ਾਂ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਮਰਡਰ ਕਰਨ ਤੋਂ ਬਾਅਦ ਉਹਨੇ ਕੱਪੜੇ ਚੇਂਜ ਕੀਤੇ, ਏਕਤਾ ਦੇ ਬ੍ਰਦਰ ਦੇ ਹੀ ਉਸਨੇ ਕੱਪੜੇ ਚੇਂਜ ਕਰਕੇ ਇੱਥੋਂ ਜਿਹੜਾ ਹੈਗਾ ਗੱਡੀ ਲੈ ਕੇ, ਇਹਨਾਂ ਦੀ ਹੀ ਗੱਡੀ ਲੈ ਕੇ ਫਰਾਰ ਹੋ ਜਾਂਦਾ। ਹਾਲਾਂਕਿ ਸ਼ਾਹਬਾਦ ਦੇ ਨੇੜੇ ਉਹਦੀ ਗੱਡੀ ਦਾ ਐਕਸੀਡੈਂਟ ਹੁੰਦਾ ਔਰ ਗੱਡੀ ਇਹਨਾਂ ਦੇ ਪਰਿਵਾਰ ਵਾਲੇ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਔਰ ਉਹੀ ਗੱਡੀ ਸੀਗੀ, ਇਹਨਾਂ ਦੀ ਗੱਡੀ ਸੀਗੀ। ਹਾਲਾਂਕਿ ਹੁਣ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸੈਕਟਰ 32 ਹੌਸਪੀਟਲ ਦੇ ਵਿੱਚ ਐਡਮਿਟ ਹੈ, ਇਹਦੇ ਬਿਆਨ ਹਜੇ ਨਹੀਂ ਹੋ ਪਾਏ ਕਿਉਂਕਿ ਉਹਦੀ ਸੀਰੀਅਸ ਜਿਹੜੀ ਹੈਗੀ ਕੰਡੀਸ਼ਨ ਹੈ। ਲੇਕਿਨ ਪਰਿਵਾਰਿਕ ਮੈਂਬਰਾਂ ਤਾਂ ਰੋ ਰੋ ਕੇ ਬੁਰਾ ਹਾਲ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ। ਔਰ ਇਹੀ ਉਹਨਾਂ ਦਾ ਘਰ ਹੈ ਜਿੱਥੇ ਇਹ ਪੂਰਾ ਵਾਰਦਾਤ ਹੋਈ ਹੈ, ਫਸਟ ਫਲੋਰ 'ਤੇ ਪੂਰੀ ਵਾਰਦਾਤ ਹੋਈ ਹੈ। ਔਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ, ਪੁਲਿਸ ਇਹਦੇ ਵਿੱਚ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ। ਕਾਰਨ ਇਹੀ ਹੈ, ਹਜੇ ਵੀ ਗੁੱਥੀ ਜਿਹੜੀ ਆ ਉਹ ਸੁਲਝੀ ਨਹੀਂ ਹੈ ਕਿ ਮਰਡਰ ਹੋਇਆ ਕਿਉਂ, ਕਿਉਂ ਉਹਨੇ ਬੜੀ ਬੇਨੇਮੀ ਦੇ ਨਾਲ ਮਰਡਰ ਕੀਤਾ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਪਰਿਵਾਰਿਕ ਮੈਂਬਰ, ਉਹਨਾਂ ਦੇ ਰਿਸ਼ਤੇਦਾਰ ਪਹੁੰਚੇ ਹੋਏ ਨੇ, ਅੰਤਿਮ ਸੰਸਕਾਰ ਕੀਤਾ ਜਾ ਰਿਹਾ। ਲੇਕਿਨ ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਉਸਨੇ ਮਰਡਰ ਕਿਉਂ ਕੀਤਾ ਔਰ ਉਹ ਘਰ ਦੇ ਅੰਦਰ ਕਿਸ ਤਰ੍ਹਾਂ ਵੜਿਆ, ਕਿਸ ਤਰ੍ਹਾਂ ਦੀ ਆਪਸੀ ਉਹਨਾਂ ਦੀ ਗੱਲਬਾਤ ਹੋਈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਤਾਂ ਜ਼ਰੂਰ ਕਰ ਰਹੀ ਹੈ। ਲੇਕਿਨ ਹਜੇ ਵੀ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ ਕਿ ਕੁਰੇਸ਼ੀ ਨੇ ਏਕਤਾ ਦਾ ਮਰਡਰ ਕਿਉਂ ਕੀਤਾ। ਹੁਣ ਪਰਿਵਾਰ ਕੀ ਮੰਗ ਕਰਦਾ? ਬਸ ਇਹੀ ਕਹਾਂਗੇ ਜੀ, ਇਨਸਾਫ ਹੋਵੇ। ਪੁਲਿਸ ਵੀ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਨਾਲ ਕਰ ਰਹੀ ਹੈ, ਵੀ ਸਾਨੂੰ ਉਹਨਾਂ ਤੋਂ ਕੋਈ ਉਹ ਨਹੀਂ ਹੈਗਾ। ਲੇਕਿਨ ਬਸ ਇਹ ਹੈ ਵੀ ਜੋ ਵੀ ਸਾਡੀ ਕੁੜੀ ਦਾ ਹੋਇਆ, ਵੀ ਮਾੜਾ ਹੋਇਆ, ਉਹਦਾ ਇਨਸਾਫ ਮਿਲਿਆ ਜਾਵੇ। ਠੀਕ ਹੈ ਸਰ। ਅਤੇ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਤਾਂ ਪੁਲਿਸ ਕਰ ਰਹੀ ਹੈ, ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹਦੇ 'ਤੇ ਖੁਸ਼ ਹੋ ਤੁਸੀਂ? ਬਿਲਕੁਲ ਖੁਸ਼ ਹੈ ਜੀ, ਕੋਈ ਐਸੀ ਗੱਲ ਨਹੀਂ ਹੈ, ਸਾਡੇ ਕੋਈ ਉਹ ਨਹੀਂ ਲੱਗਿਆ ਹੈਗਾ, ਉਹ ਪ੍ਰੋਪਰ ਜੋ ਵੀ ਕਰ ਰਹੇ ਨੇ ਠੀਕ ਕਰ ਰਹੇ ਨੇ, ਸਾਨੂੰ ਹਾਲੇ ਤੱਕ ਕੋਈ ਐਸਾ ਨਹੀਂ ਲੱਗਿਆ ਹੈਗਾ। ਠੀਕ ਹੈ। ਅਤੇ ਪੋਸਟਮਾਰਟਮ ਹੋ ਗਿਆ ਸਿਸਟਰ ਦਾ? ਹਾਂ, ਪੋਸਟਮਾਰਟਮ ਕੱਲ੍ਹ ਹੋ ਗਈ। ਅੰਤਿਮ ਸੰਸਕਾਰ? ਅੰਤਿਮ ਸੰਸਕਾਰ ਅੱਜ ਕਰਾਂਗੇ। ਹਾਂਜੀ, ਤੁਸੀਂ ਕੁਛ ਠੀਕ ਹੈ? ਗੱਡੀ ਵਗੈਰਾ ਦਾ ਹੋ ਗਿਆ ਸਰ, ਮਿਲ ਗਈ ਗੱਡੀ? ਹਾਲੇ ਅਸੀਂ ਕੁਛ ਨਹੀਂ ਜੀ, ਅਸੀਂ ਦੇਸੀ ਵੀ ਜੀ, ਸਾਨੂੰ ਪਤਾ ਹੀ ਨਹੀਂ ਕਿਆ ਹੋਇਆ ਕਿਆ ਨਹੀਂ, ਕੁਛ ਨਹੀਂ ਸਮਝ ਆ ਰਿਹਾ ਹਲੇ ਤਾਂ। ਕਾਫੀ ਆਈਟਮ ਸ਼ੌਕ ਹੈ? ਹਾਂਜੀ, ਹੋਰ ਕਰਦੇ ਜੀ, ਸਾਫ ਸਾਨੂੰ ਮਿਲਣਾ ਚਾਹੀਦਾ, ਮਿਲਣਾ ਚਾਹੀਦਾ ਜੋ ਕੁਛ ਵੀ ਹੋਇਆ ਇਸ ਤਰ੍ਹਾਂ ਦਾ, ਮਿਲਣਾ ਚਾਹੀਦਾ, ਮਿਲਣਾ ਚਾਹੀਦਾ। ਬਿਲਕੁਲ, ਜਿਹੜੀ ਵੀ ਚੀਜ਼ਾਂ ਹੋਈਆਂ ਬਿਲਕੁਲ ਗਲਤ ਹੋਈਆਂ ਜੀ, ਨਹੀਂ ਹੋਣੀ ਚਾਹੀਦੀ, ਔਰ ਸ਼ੌਕਿੰਗ ਹੈ। 27 ਸਾਲ ਦੀ ਏਕਤਾ ਦਾ ਬੜੇ ਬਹਿਰੇਮੀ ਦੇ ਨਾਲ ਇਸੇ ਘਰ ਦੇ ਫਸਟ ਫਲੋਰ ਦੇ ਵਿੱਚ ਚਾਕੂਆਂ ਦੇ ਨਾਲ ਉਹਦਾ ਗਲਾ ਰੇਤਾ ਗਿਆ ਸੀਗਾ। ਅਤੇ ਹੋਰ ਕਿਸੇ ਨੇ ਨਹੀਂ ਬਲਕਿ ਉਹਦੇ ਹੀ ਦੋਸਤ, ਪਿਛਲੇ 2-3 ਸਾਲਾਂ ਤੋਂ ਉਹਦਾ ਦੋਸਤ ਅਨਸ ਕੁਰੇਸ਼ੀ ਨਾਂ ਦਾ ਜਿਹੜਾ ਦੱਸਿਆ ਜਾ ਰਿਹਾ, ਉਹਨੇ ਇਸ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਔਰ ਘਰ ਦੇ ਅੰਦਰ ਵੜ ਕੇ, ਹਾਲਾਂਕਿ ਪਰਿਵਾਰਿਕ ਮੈਂਬਰ ਕਿਸੇ ਪ੍ਰੋਗਰਾਮ ਦੇ ਵਿੱਚ ਗਏ ਸੀਗੇ, ਔਰ ਘਰ ਦੇ ਅੰਦਰ ਵੜ ਕੇ ਰਾਤ ਨੂੰ ਉਸਦਾ ਮਰਡਰ ਕਰਕੇ ਉੱਥੋਂ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਹੈ ਕਿ ਉਸੀ ਦੀ ਗੱਡੀ ਦੀ, ਕੁੜੀ ਦੀ ਹੀ ਗੱਡੀ ਲੈ ਕੇ ਇੱਥੋਂ ਫਰਾਰ ਹੋਇਆ, ਔਰ ਅੱਗੇ ਜਾ ਕੇ ਸ਼ਾਹਬਾਦ ਸਾਈਡ ਉਹਦਾ ਐਕਸੀਡੈਂਟ ਹੋ ਗਿਆ। ਹਾਲਾਂਕਿ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ ਕਿ ਉਹ ਪਿਛਲੇ 2-3 ਸਾਲਾਂ ਤੋਂ ਜਿਹੜੀ ਏਕਤਾ ਮਲਟੀਨੈਸ਼ਨਲ ਕੰਪਨੀ ਜੋਬ ਕਰਦੀ ਸੀ ਔਰ ਉਹਦਾ ਦੋਸਤ ਸੀਗਾ, ਹਾਲਾਂਕਿ ਉਹਦਾ ਵੀ ਐਕਸੀਡੈਂਟ ਹੋਇਆ, ਉਹ ਵੀ ਕ੍ਰਿਟੀਕਲ ਕੰਡੀਸ਼ਨ 'ਚ ਪਿਆ। ਲੇਕਿਨ ਇਹ CCTV ਫੁਟੇਜ, ਹੋਰ ਵੀ ਕਈ ਚੀਜ਼ਾਂ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਮਰਡਰ ਕਰਨ ਤੋਂ ਬਾਅਦ ਉਹਨੇ ਕੱਪੜੇ ਚੇਂਜ ਕੀਤੇ, ਏਕਤਾ ਦੇ ਬ੍ਰਦਰ ਦੇ ਹੀ ਉਸਨੇ ਕੱਪੜੇ ਚੇਂਜ ਕਰਕੇ ਇੱਥੋਂ
ਜਿਹੜਾ ਹੈਗਾ ਗੱਡੀ ਲੈ ਕੇ ਇਹਨਾਂ ਦੀ ਹੀ ਗੱਡੀ ਲੈ ਕੇ ਫਰਾਰ ਹੋ ਜਾਂਦਾ। ਹਾਲਾਂਕਿ ਸ਼ਾਹਬਾਦ ਦੇ ਨੇੜੇ ਉਹਦੀ ਗੱਡੀ ਦਾ ਐਕਸੀਡੈਂਟ ਹੁੰਦਾ ਔਰ ਗੱਡੀ ਇਹਨਾਂ ਦੇ ਪਰਿਵਾਰ ਵਾਲੇ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਔਰ ਉਹੀ ਗੱਡੀ ਸੀਗੀ, ਇਹਨਾਂ ਦੀ ਗੱਡੀ ਸੀਗੀ। ਹਾਲਾਂਕਿ ਹੁਣ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸੈਕਟਰ 32 ਹਸਪੀਟਲ ਦੇ ਵਿੱਚ ਐਡਮਿਟ ਹੈ, ਇਹਦੇ ਬਿਆਨ ਹਜੇ ਨਹੀਂ ਹੋ ਪਾਏ ਕਿਉਂਕਿ ਉਹਦੀ ਸੀਰੀਅਸ ਜਿਹੜੀ ਹੈਗੀ ਕੰਡੀਸ਼ਨ ਹੈ। ਲੇਕਿਨ ਪਰਿਵਾਰਕ ਮੈਂਬਰਾਂ ਤਾਂ ਰੋ ਰੋ ਕੇ ਬੁਰਾ ਹਾਲ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ ਔਰ ਇਹੀ ਉਹਨਾਂ ਦਾ ਘਰ ਹੈ ਜਿੱਥੇ ਇਹ ਪੂਰਾ ਵਾਰਦਾਤ ਹੋਈ ਹੈ। ਫਸਟ ਫਲੋਰ 'ਤੇ ਪੂਰੀ ਵਾਰਦਾਤ ਹੋਈ ਹੈ ਔਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਹੈ। ਪੁਲਿਸ ਇਹਦੇ ਵਿੱਚ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ। ਕਾਰਨ ਇਹੀ ਹੈ, ਹਜੇ ਵੀ ਗੁੱਥੀ ਜਿਹੜੀ ਹੈ ਉਹ ਸੁਲਝੀ ਨਹੀਂ ਹੈ ਕਿ ਮਰਡਰ ਹੋਇਆ ਕਿਉਂ, ਕਿਉਂ ਉਹਨੇ ਬੜੀ ਬੇਨਮੀ ਦੇ ਨਾਲ ਮਰਡਰ ਕੀਤਾ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਪਰਿਵਾਰਕ ਮੈਂਬਰ, ਉਹਨਾਂ ਦੇ ਰਿਸ਼ਤੇਦਾਰ ਪਹੁੰਚੇ ਹੋਏ ਨੇ, ਅੰਤਿਮ ਸੰਸਕਾਰ ਕੀਤਾ ਜਾ ਰਿਹਾ। ਲੇਕਿਨ ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਉਸਨੇ ਮਰਡਰ ਕਿਉਂ ਕੀਤਾ ਔਰ ਉਹ ਘਰ ਦੇ ਅੰਦਰ ਕਿਸ ਤਰ੍ਹਾਂ ਵੜਿਆ, ਕਿਸ ਤਰ੍ਹਾਂ ਦੀ ਆਪਸੀ ਉਹਨਾਂ ਦੀ ਗੱਲਬਾਤ ਹੋਈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਤਾਂ ਜ਼ਰੂਰ ਕਰ ਰਹੀ ਹੈ। ਲੇਕਿਨ ਹਜੇ ਵੀ ਸਵਾਲੀਆ ਨਿਸ਼ਾਨ ਬਣਿਆ ਹੋਇਆ ਕਿ ਕੁਰੇਸ਼ੀ ਨੇ ਏਕਤਾ ਦਾ ਮਰਡਰ ਕਿਉਂ ਕੀਤਾ। ਹੁਣ ਪਰਿਵਾਰ ਕੀ ਮੰਗ ਕਰਦਾ? ਬਸ ਇਹੀ ਕਹਾਂਗੇ ਜੀ, ਇਨਸਾਫ ਹੋਵੇ। ਪੁਲਿਸ ਵੀ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਨਾਲ ਕਰ ਰਹੀ ਹੈ ਵੀ ਸਾਨੂੰ ਉਹਨਾਂ ਤੋਂ ਕੋਈ ਹੋਰ ਨਹੀਂ ਹੈਗਾ। ਲੇਕਿਨ ਬਸ ਇਹ ਹੈ ਵੀ ਜੋ ਵੀ ਸਾਡੀ ਕੁੜੀ ਦਾ ਹੋਇਆ ਮਾੜਾ ਹੋਇਆ ਉਹਦਾ ਇਨਸਾਫ ਮਿਲਿਆ ਜਾਵੇ। ਤੇ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਤਾਂ ਪੁਲਿਸ ਕਰ ਰਹੀ ਹੈ, ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹਦੇ ਤੇ ਖੁਸ਼ ਹੋ ਤੁਸੀਂ? ਬਿਲਕੁਲ ਖੁਸ਼ ਹੈ ਜੀ, ਕੋਈ ਐਸੀ ਗੱਲ ਨਹੀਂ ਹੈ, ਸਾਡੇ ਕੋਈ ਉਹ ਨਹੀਂ ਲੱਗਿਆ ਹੈਗਾ, ਉਹ ਪ੍ਰੋਪਰ ਜੋ ਵੀ ਕਰ ਰਹੇ ਨੇ ਠੀਕ ਕਰ ਰਹੇ ਨੇ, ਸਾਨੂੰ ਹਲੇ ਤਾਂ ਕੋਈ ਐਸਾ ਨਹੀਂ ਲੱਗਿਆ ਹੈਗਾ। ਠੀਕ ਹੈ, ਤੇ ਪੋਸਟਮਾਰਟਮ ਹੋ ਗਿਆ ਸਿਸਟਰ ਦਾ? ਹਾਂ, ਪੋਸਟਮਾਰਟਮ ਕੱਲ੍ਹ ਹੋ ਗਈ। ਅੰਤਿਮ ਸੰਸਕਾਰ? ਅੰਤਿਮ ਸੰਸਕਾਰ ਅੱਜ ਕਰਾਂਗੇ। ਹਾਂਜੀ, ਤੁਸੀਂ ਕੁਛ ਕਹੋ? ਮੈਂ ਕੁਛ ਕਹੋ। ਠੀਕ ਹੈ, ਤੇ ਗੱਡੀ ਵਗੈਰਾ ਦਾ ਹੋ ਗਿਆ ਸਰ? ਮਿਲ ਗਈ ਗੱਡੀ? ਹਾਲੇ ਅਸੀਂ ਕੁਛ ਨਹੀਂ ਜੀ, ਅਸੀਂ ਦੇਸੀ ਬੀਜੀ, ਸਾਨੂੰ ਪਤਾ ਹੀ ਨਹੀਂ ਕਿਆ ਹੋਇਆ ਕਿਆ ਨਹੀਂ, ਕੁਛ ਨਹੀਂ ਸਮਝ ਆ ਰਿਹਾ ਹਾਲੇ ਤਾਂ। ਕਾਫੀ ਆਈਟਮ ਸ਼ੌਕ ਹੈ? ਹਾਂਜੀ, ਹੋਰ ਕਰਦੇ ਹਾਂ ਸਾਫ, ਸਾਨੂੰ ਮਿਲਣਾ ਚਾਹੀਦਾ, ਮਿਲਣਾ ਚਾਹੀਦਾ ਜੋ ਕੁਛ ਵੀ ਹੋਇਆ ਇਸ ਤਰ੍ਹਾਂ ਦਾ ਮਿਲਣਾ ਚਾਹੀਦਾ, ਮਿਲਣਾ ਚਾਹੀਦਾ। ਬਿਲਕੁਲ ਜਿਹੜੀ ਵੀ ਚੀਜ਼ਾਂ ਹੋਈਆਂ ਬਿਲਕੁਲ ਗਲਤ ਹੋਈਆਂ ਜੀ, ਨਹੀਂ ਹੋਣੀ ਚਾਹੀਦੀ, ਪਰਿਵਾਰ ਔਰ ਸ਼ੌਕਿੰਗ ਹੈ ਪਰਿਵਾਰ।